खतरा सी की कहोगे? देखो अच्छा, प्रधानमंत्री जी नूं और खास करके भारतीय जनता पार्टी नूं इस ते राजनीति नहीं करनी चाहिए। मौसम खराब सीगा, एकदम उन्हां दा बाई रोड प्रोग्राम बन गया, पर फिर भी सरकार दे पुख्ता जिहड़े प्रबंध सीगे। और मैं ये गल कहना चाहुंदा भारतीय जनता पार्टी वालिआं नूं भी प्रधानमंत्री ते जे कोई उंगल चुकूगा तां असीं उहदी उंगल कट देंगे, और जे कोई अख चक के देखूगा तां असीं अख कट देंगे। पर भारतीय जनता पार्टी इसते राजनीति ना करे, पंजाबियों नूं बदनाम करने की कोशिश ना करे। अज भी डेलीगेट मिले गवर्नर नूं, उन्होंने कहा कि रंधावा जी नूं ते डीजीपी नूं जिहड़ी हटाया जावे। देखो उही राजनीति कर रहे ने ना, क्यों राजनीति कर रहे ने? बहुत मंदभागी गल है, ये पंजाबियों नूं बदनाम करने की कोशिश कर रही है भाजपा। पर अपने ही कुछ जिहड़े लीडर कह रहे ने कांग्रेस दे के चूक हुई है सुरक्षा दे विच, जिहड़ी बहुत वड्डी चूक हुई है। देखो गल नहीं समझे, मौसम की बहुत ज़्यादा खराबी सीगी, और उत्थे बहुत ज़्यादा की कहते ने किसानों वालों भी उहदा विरोध किया जा रहा सीगा। पर इस दे बावजूद भी प्रधानमंत्री जी नूं तां किसी ने कोई टच नहीं किया, प्रधानमंत्री जी दे कोई कोल नहीं आया। पर प्रधानमंत्री जी नूं एक एडे बड़े अहुदे ते रह के उहनां नूं इस तरह की हल्की गल नहीं करनी चाहिए कि मैं बच के पंजाब तों चलिया गया। प्रधानमंत्री जी नूं पंजाब दे विच कोई खतरा नहीं, ਉਹ ਆਉਣ ਉਹਨਾਂ ਦਾ ਅਸੀਂ ਸਵਾਗਤ ਕਰਾਂਗੇ। ਇੱਕ ਸਰਦਾਰ ਬਿਆਨ ਸਿੰਘ ਜੀ ਅੱਤਵਾਦ ਦੇ ਖਿਲਾਫ ਬਹੁਤ ਲੜੇ ਨੇ, ਸ਼ਹੀਦ ਸ਼ਹਾਦਤ ਵੀ ਪਾਈ ਹੈ। ਕੰਗਣਾ ਰਣੌਤ ਕਹਿ ਰਹੀ ਹੈ ਕਿ ਜੋ ਪ੍ਰਧਾਨ ਮੰਤਰੀ ਦੀ ਘਟਨਾ ਹੋਈ ਹੈ, ਪੰਜਾਬ ਦੇ ਵਿੱਚ ਅੱਤਵਾਦੀਆਂ ਸਰਗਰਮੀਆਂ ਵੱਧ ਗਈਆਂ, ਅੱਤਵਾਦੀਆਂ ਦਾ ਗੜ੍ਹ ਬਣਦਾ ਜਾ ਰਿਹਾ ਪੰਜਾਬ, ਕੀ ਕਹੋਗੇ? ਦੇਖੋ ਕਾਂਗਰਸ ਪਾਰਟੀ ਨੇ ਅੱਗੇ ਵੀ ਪੰਜਾਬ ਦੀ ਅਮਨ ਸ਼ਾਂਤੀ ਲਈ ਕੁਰਬਾਨੀਆਂ ਦਿੱਤੀਆਂ ਨੇ, ਔਰ ਪੰਜਾਬ ਦਾ ਮਾਹੌਲ ਕਾਂਗਰਸ ਕਦੇ ਵੀ ਖਰਾਬ ਨਹੀਂ ਹੋਣ ਦਊਗੀ। ਠੀਕ ਹੈ, ਨਜ਼ਰਾਂ ਲੱਗੀਆਂ ਨੇ ਅੱਜ ਦੁਸ਼ਮਣਾਂ ਦੀਆਂ, ਲੋਕ ਇਸ ਫਰਾਕ ਦੇ ਵਿੱਚ ਨੇ, ਵਿਸ਼ਵਾਸਾਂ ਰਚ ਰਹੇ ਨੇ ਕਿ ਕਿਵੇਂ ਨਾ ਕਿਵੇਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ। ਪਰ ਕਾਂਗਰਸ ਪਾਰਟੀ ਦੀ ਸਰਕਾਰ ਕਦੇ ਵੀ ਇਸ ਗੱਲ ਨੂੰ ਸੰਭਵ ਨਹੀਂ ਹੋਣ ਦੇਗੀ, ਔਰ ਉਹਨਾਂ ਦੇ ਮਨਸੂਬਿਆਂ ਨੂੰ ਕਦੇ ਵੀ ਸਫਲਤਾ ਨਹੀਂ ਮਿਲੂਗੀ। ਮੰਤਰੀ ਸਾਹਿਬ, ਜਿਵੇਂ ਕਿ ਕਾਂਗਰਸ ਵੱਲੋਂ ਵੀਰੂ ਪੰਜਾਬ ਵੱਲੋਂ ਵੀ ਐਲਾਨ ਕੀਤਾ ਗਿਆ ਵੀ ਜਿਹੜੀਆਂ ਨੇ ਕੋਰੋਨਾ ਦੇ ਦੌਰਾਨ ਜਿਹੜੀਆਂ ਰੈਲੀਆਂ ਬੰਦ ਕਰ ਦਿੱਤੀਆਂ ਜਾਣਗੀਆਂ, ਵੀ ਕੋਈ ਪੋਲੀਟੀਕਲ ਰੈਲੀ ਨਹੀਂ ਹੋਣਗੇ, ਪੰਜਾਬ ਦੇ ਵਿੱਚ ਵੀ ਉਹਨਾਂ ਰੱਖਿਆ, ਫਿਰ ਵੀ ਜਿਹੜੀਆਂ ਰੈਲੀਆਂ ਜਾਣਗੀਆਂ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਹਾਲੇ ਕੋਈ ਗਵਰਨਮੈਂਟ ਲੈਵਲ 'ਤੇ ਕੋਈ ਇਸ ਤਰ੍ਹਾਂ ਦੀ ਗਾਈਡਲਾਈਨ ਨਹੀਂ ਆਈ। ਅਗਰ ਕੋਈ ਪਰ ਜਨਤਾ ਸਵਾਲ ਚੁੱਕ ਰਹੀ ਹੈ, ਕਹਿੰਦੇ ਵੀ ਸਾਡੇ ਤੇ ਪਾਬੰਦੀਆਂ ਲਾਤੀਆਂ, ਲੀਡਰਾਂ ਤੇ ਰੈਲੀਆਂ ਤੇ ਕੋਈ ਪਾਬੰਦੀਆਂ ਨਹੀਂ ਹੈਗੀਆਂ ਜੀ? ਸਕੂਲ ਬੰਦ ਨੇ ਜੀ, ਤਾਂ ਪੰਜਾਬ 'ਚ ਵੀ 15 ਦਿਨਾਂ ਦੀ ਪਾਬੰਦੀਆਂ ਕੀਤੀਆਂ ਗਈਆਂ ਨੇ। ਦੇਖੋ ਇਹ ਜਿਹੜੀ ਬਿਮਾਰੀ ਆ, ਥੋੜਾ ਜਿਹਾ ਬੱਚਿਆਂ ਲਈ, ਛੋਟੇ ਜਿਹੜੇ ਉਮਰ ਦੇ ਲੋਕ ਨੇ ਉਹਨਾਂ ਲਈ ਥੋੜੀ ਜ਼ਿਆਦਾ ਹਾਰਮਫੁਲ ਹੈ, ਤੋ ਇਸ ਕਰਕੇ ਬੱਚਿਆਂ ਦੇ ਸਕੂਲ ਬੰਦ ਕੀਤੇ ਨੇ ਇੱਕ ਇਤਿਹਾਸ ਦੇ ਤੌਰ ਤੇ। ਇਹ ਕੋਈ ਸਰਕਾਰ ਦੀ ਕੋਈ ਖੁਸ਼ੀ ਵਾਲੀ ਗੱਲ ਨਹੀਂ, ਬਹੁਤ ਵੀ ਸਰਕਾਰ ਨੇ ਬੰਦ ਕਰਕੇ ਕੋਈ ਬਹੁਤ ਵੱਡਾ ਕਦਮ ਚੁੱਕਿਆ। ਇਹ ਲੋਕਾਂ ਦੀ ਸਿਹਤ ਨਾਲ ਅਸੀਂ ਨਹੀਂ ਖਿਲਵਾੜ ਕਰ ਸਕਦੇ, ਉਹਨਾਂ ਦੀ ਸਿਹਤ ਨੂੰ ਧਿਆਨ ਰੱਖਦੇ ਹੋਏ ਸਟੈਪ ਲਏ ਨੇ, ਔਰ ਜਦੋਂ ਨੋਰਮਲ ਹੋ ਜਾਣਗੇ ਹਾਲਾਤ ਫਿਰ ਅਸੀਂ ਸਕੂਲ ਖੋਲ੍ਹ ਦਿਆਂਗੇ। ਠੀਕ ਹੈ ਜੀ, ਧੰਨਵਾਦ ਜੀ। ਆਏ ਸੀ ਰੈਲੀ 'ਚ ਇਲਾਕੇ ਲਈ ਕੀ ਕੀ ਜਿਹੜੀਆਂ ਦੇ ਕੇ ਗਏ ਨੇ ਸਰਦਾਰ ਸਾਹਿਬ ਨੂੰ, ਬੜੀਆਂ ਮੰਗਾਂ ਰੱਖੀਆਂ ਸੀਗੀਆਂ? ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਚਰਨਜੀਤ ਚੰਨੀ ਦਾ, ਜਿਨ੍ਹਾਂ ਨੇ ਮਾਛੀਵਾੜਾ ਸਾਹਿਬ ਆ ਕੇ ਸਾਡਾ ਕਾਲਜ ਸੀਗਾ ਗੌਰਮੈਂਟ ਕਾਲਜ, ਉਹਦਾ ਉਦਘਾਟਨ ਕਰਕੇ ਗਏ ਨੇ, ਔਰ ਜੋ ਅਸੀਂ ਡਿਮਾਂਡ ਉਹਨਾਂ ਦਿੱਤੀਆਂ ਸੀਗੀਆਂ ਸਾਰਾ ਸਾਨੂੰ ਉਹਨਾਂ ਕਿਹਾ ਕਰਦੇ, ਤੁਸੀਂ ਉਹਨਾਂ ਨੂੰ ਇਮੀਡੀਏਟਲੀ ਅਸੀਂ ਪੂਰੀਆਂ ਕਰਾਂਗੇ। ਚਲੋ ਜੀ, ਸਟੇਜ ਤੋਂ ਵੀ ਵਾਰ ਵਾਰ ਕਿਹਾ ਗਿਆ ਕਿ ਦੁਬਾਰਾ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਵਾਂਗੇ, ਪਰ ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਕਲੇਸ਼ ਚੱਲ ਰਿਹਾ, ਉਹ ਕਹਿੰਦੇ ਸੀ ਬਿਨਾਂ ਚਿਹਰੇ ਤੋਂ ਜਿਹੜੀਆਂ ਲੜਨੀਆਂ ਚੋਣ, ਤੁਹਾਡਾ ਕੀ ਹੈ ਕਿ ਚੰਨੀ ਜੀ ਨੂੰ ਦੁਬਾਰਾ ਬਣਾਇਆ ਜਾਵੇ? ਦੇਖੋ ਇਹਦਾ ਹਾਈ ਕਮਾਂਡ ਦੇ ਮਤਲਬ ਡਿਪੈਂਡ ਕਰਦਾ ਉਹਨਾਂ ਨੇ ਕਿਹਨੂੰ ਬਣਾਉਣਾ ਗੱਲ, ਪਰ ਤੁਸੀਂ ਤਾਂ ਸਟੇਜ ਤੋਂ ਐਲਾਨ ਕਰਦਾ ਸੀ ਕਿ ਦੁਬਾਰਾ ਮੁੱਖ ਮੰਤਰੀ ਬਣਾ ਕੇ ਜਿਹੜੇ ਉਸਨੂੰ ਇੱਥੇ ਲੈ ਕੇ ਆਵਾਂਗੇ ਜੀ। ਮੈਂ ਤਾਂ ਕੋਈ ਐਲਾਨ ਨਹੀਂ ਕੀਤਾ, ਮੇਰੀ ਹੈਗੀ ਕਰਨ ਵੀ ਢਿੱਲੋਂ ਦਾ, ਠੀਕ ਹੈ ਗੱਲ, ਉਹਦਾ ਜਜ਼ਬਾਤੀ ਹੈਗਾ ਮੁੰਡਾ, ਉਹਨੇ ਕਿਹਾ ਠੀਕ ਹੈ ਗੱਲ, ਫਿਰ ਬਣਨਾ ਚਾਹੀਦਾ ਰਣਜੀਤ ਸਿੰਘ ਚੰਨੀ ਮੁੱਖ ਮੰਤਰੀ। 3 ਮਹੀਨੇ 'ਚ ਉਹਨੇ ਕੰਮ ਬਹੁਤ ਕਰੇ ਨੇ ਪੰਜਾਬ ਦੇ ਵਿੱਚ। ਠੀਕ ਹੈ।